ਸਲਾਜੀ ਕੁਝ ਲੋਕਾਂ ਨੂੰ ਝੂਠ ਬੋਲਣ ਤੋਂ ਰੋਦਾ ਵੀ ਸੰਗ ਨਹੀਂ ਆਉਂਦੀ ਮਾੜਾ ਵੀ ਨਹੀਂ ਸੰਗਦੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਣ ਲਈ ਕੁਝ ਵੀ ਕਰ ਦਿੰਦੇ ਆ ਅੱਤ ਤਾਂ ਉਦੋਂ ਕਰ ਦਿੰਦੇ ਜਦੋਂ ਸ਼ਰੇਆਮ ਲਿਖ ਕੇ ਲੈਂਦੇ ਆ ਬਈ ਸਾਡੇ ਕੋਲ ਆਓ 2 ਪੀਸ ਕੋਟ ਪੈਂਟ 3895 'ਚ ਲੈ ਕੇ ਜਾਓ 3 ਪੀਸ ਕੋਟ ਪੈਂਟ 3760 'ਚ ਲੈ ਕੇ ਜਾਓ ਓ ਹੱਦ ਤਾਂ ਉਦੋਂ ਹੁੰਦੀ ਆ ਜਦੋਂ ਥੱਲੇ ਲਿਖ ਦਿੰਦੇ ਆ ਬਈ ਸਲਾਈ ਕਰਕੇ ਸਰਦਾਰ ਜੀ ਕੁਛ ਤਾਂ ਮਾੜਾ ਮੋਟਾ ਸੋਚੋ ਆ ਦੇਖੋ ਤੁਹਾਡੇ ਮੋੜੇ ਜੋੜੇ ਹੱਥ ਸ਼ਰੇਆਮ ਤੁਸੀਂ ਬੋਰਡ ਤੇ ਲਿਖ ਕੇ ਲਾਤਾ 3995 'ਚ ਕੋਟ ਪੈਂਟ ਲੈ ਜਾਓ ਤੁਸੀਂ 3760 'ਚ 3 ਪੀਸ ਲੈ ਜਾਓ 15-15 ਹਜ਼ਾਰ ਤੋਂ ਘੱਟ ਨਹੀਂ ਲੈਂਦੇ ਅੱਜ ਮੈਂ ਕੱਲ ਕਲੀਅਰ ਕਰਕੇ ਜਾਊਂ ਆ ਚੱਕੋ 1000 2000 3000 ਮੈਨੂੰ 3000 'ਚ ਕੋਟ ਪੈਂਟ ਦਿਓ ਕਿਹੜਾ ਤੁਹਾਡਾ ਬਣਦਾ ਭਾਜੀ ਜੇ ਕਹਿੰਨੇ ਆ ਤੇ ਦਿੰਨੇ ਵੀ ਆ ਆ 3000 ਤੁਹਾਡਾ ਆ ਗਿਆ ਲੋ 5 ਰੁਪਏ ਨਾਲ ਮੋੜ ਕੇ ਦਿੰਨੇ ਆ 3995 'ਚ ਅਸੀਂ ਝੂਠ ਨਹੀਂ ਬੋਲਦੇ ਲੋਕਾਂ ਦਾ ਧੋਖਾ ਨਹੀਂ ਕਰਦੇ ਲੋਕਾਂ ਦੀ ਜੇਬਾਂ 'ਚ ਕੈਂਚੀਆਂ ਨਹੀਂ ਮਾਰਦੇ ਲੋਕ ਜੇ ਦੂਰੋਂ ਦੂਰੋਂ ਆਉਂਦੇ ਆ ਉਹਨਾਂ ਦੇ ਭਾਜੀ ਫਾਇਦੇ ਹੁੰਦੇ ਆ ਮੈਂ ਕਹਿੰਦਾ ਜਿਹੜੇ ਮਰਜੀ ਪਿੰਡ ਦੇ ਛੋਟ ਦੋ ਵੱਡੇ ਦਰਜੀ ਕੋਲ ਚਲ ਜਾਓ 4000 ਰੁਪਏ ਦੀ ਸਮਾਈ ਲੈ ਲੈਂਦੇ ਆ 5000 ਰੁਪਇਆ 3 ਪੀਸ ਦੀ ਸਮਾਈ ਲੈਂਦੇ ਆ ਤੇ ਤੁਸੀਂ ਕਹਿੰਦੇ 3995 ਜੋ ਵੀ ਸਲਾਈ ਕਰਕੇ ਦਵਾਂਗੇ ਚੱਲ ਭਾਜੀ ਭਾਜੀ ਸਲਾਈ ਕਰਕੇ ਦਵਾਂਗੇ 3995 ਦੇ 2 ਪੀਸ ਆ ਚੈੱਕ ਕਰੋ ਭਾਜੀ 3 ਪੀਸ ਆ ਡਿਜ਼ਾਈਨ ਚੈੱਕ ਕਰ ਲਓ 3760 ਚ 700 ਰੁਪਏ ਦਾ ਕੁੜਤੇ ਪਜਾਮੇ ਦਾ ਕੱਪੜਾ ਸਾਡੇ ਕੋ ਭਾਜੀ ਸ਼ੁਰੂ ਆ 700 ਰੁਪਏ ਤੋਂ ਇਹ ਸ਼ੇਰਵਾਨੀ 6600 ਦੇ ਵਿੱਚ ਭਾਜੀ ਤਿਆਰ ਕਰਕੇ ਦੇ ਦਾਂਗੇ ਕੱਪੜਾ ਜਿਹੋ ਜਿਹਾ ਮਰਜ਼ੀ ਲੈ ਲਓ ਸਟਿਚਿੰਗ ਦਾ ਰੇਟ ਸਾਡਾ 2050 ਰੁਪਏ 2 ਪੀਸ 2500 ਰੁਪਇਆ 3 ਪੀਸ ਦਾ ਸਾਡੀ ਪੱਗਾਂ ਵਾਲੀ ਕੁਆਲਿਟੀ ਭਾਜੀ 67 ਰੁਪਏ ਮੀਟਰ ਤੋਂ ਸ਼ੁਰੂ ਹੈ ਗਾਰੰਟੀ ਫੁੱਲ ਆ 90 ਦਿਨਾਂ ਦੀ ਗਾਰੰਟੀ ਦਿੰਨੇ ਭਾਜੀ ਪੱਕੇ ਬਿੱਲ ਤੇ ਲਿਖ ਕੇ ਸਲਾਜੀ ਕੁਝ ਲੋਕਾਂ ਨੂੰ ਝੂਠ ਬੋਲਣ ਤੋਂ ਰੋਦਾ ਵੀ ਸੰਗ ਨਹੀਂ ਆਉਂਦੀ ਮਾੜਾ ਵੀ ਨਹੀਂ ਸੰਗਦੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਣ ਲਈ ਕੁਝ ਵੀ ਕਰ ਦਿੰਦੇ ਆ ਅੱਤ ਤਾਂ ਉਦੋਂ ਕਰ ਦਿੰਦੇ ਜਦੋਂ ਸ਼ਰੇਆਮ ਲਿਖ ਕੇ ਲੈਂਦੇ ਆ ਬਈ ਸਾਡੇ ਕੋਲ ਆਓ 2 ਪੀਸ ਕੋਟ ਪੈਂਟ 3995 'ਚ ਲੈ ਕੇ ਜਾਓ 3 ਪੀਸ ਕੋਟ ਪੈਂਟ 3760 'ਚ ਲੈ ਕੇ ਜਾਓ ਓ ਹੱਦ ਤਾਂ ਉਦੋਂ ਹੁੰਦੀ ਆ ਜਦੋਂ ਥੱਲੇ ਲਿਖ ਦਿੰਦੇ ਆ ਬਈ ਸਲਾਈ ਕਰਕੇ ਅਸੀਂ ਅੰਮ੍ਰਿਤਸਰ ਸਾਹਿਬ 'ਚ ਖੜੇ ਆ ਦਿਲ ਮੰਨੇ ਜਾਂਦਾ ਹਾਲ ਬਾਜ਼ਾਰ ਜਿੱਥੇ 5-5 ਹਜ਼ਾਰ ਰੁਪਇਆ ਕੋਟ ਪੈਂਟਾਂ ਦੀ ਇਕੱਲੀ ਸਮਾਈ ਆ 15-15 ਹਜ਼ਾਰ ਦੇ ਵਿੱਚ ਕੋਟ ਪੈਂਟ ਵਿਕਦੇ ਆ ਪਰ ਇੱਥੇ ਸਰਦਾਰ ਜੀ ਕੁਛ ਤਾਂ ਮਾੜਾ ਮੋਟਾ ਸੋਚੋ ਆ ਦੇਖੋ ਤੁਹਾਡੇ ਮੋੜੇ ਜੋੜੇ ਹੱਥ ਸ਼ਰੇਆਮ ਤੁਸੀਂ ਬੋਰਡ ਤੇ ਲਿਖ ਕੇ ਲਾਤਾ 3995 'ਚ ਕੋਟ ਪੈਂਟ ਲੈ ਜਾਓ ਤੁਸੀਂ 3760 'ਚ 3 ਪੀਸ ਲੈ ਜਾਓ 15-15 ਹਜ਼ਾਰ ਤੋਂ ਘੱਟ ਨਹੀਂ ਲੈਂਦੇ ਅੱਜ ਮੈਂ ਕੱਲ ਕਲੀਅਰ ਕਰਕੇ ਜਾਊਂ ਆ ਚੱਕੋ 1000 2000 3000 ਮੈਨੂੰ 3000 'ਚ ਕੋਟ ਪੈਂਟ ਦਿਓ ਕਿਹੜਾ ਤੁਹਾਡਾ ਬਣਦਾ ਭਾਜੀ ਜੇ ਕਹਿੰਨੇ ਆ ਤੇ ਦਿੰਨੇ ਵੀ ਆ ਆ 3000 ਤੁਹਾਡਾ ਆ ਗਿਆ ਲੋ 5 ਰੁਪਏ ਨਾਲ ਮੋੜ ਕੇ ਦਿੰਨੇ ਆ 3995 'ਚ 2 ਪੀਸ ਦਿੰਨੇ ਆ ਅਸੀਂ ਝੂਠ ਨਹੀਂ ਬੋਲਦੇ ਲੋਕਾਂ ਦਾ ਧੋਖਾ ਨਹੀਂ ਕਰਦੇ ਲੋਕਾਂ ਦੀ ਜੇਬਾਂ 'ਚ ਕੈਂਚੀਆਂ ਨਹੀਂ ਮਾਰਦੇ ਲੋਕ ਜੇ ਦੂਰੋਂ ਦੂਰੋਂ ਆਉਂਦੇ ਆ ਉਹਨਾਂ ਦੇ ਭਾਜੀ ਫਾਇਦੇ ਹੁੰਦੇ ਆ ਦੇਖੋ ਸਰਦਾਰ ਜੀ ਬੜਾ ਉੱਚੀ ਉੱਚੀ ਚੀਕਾਂ ਮਾਰਨਾ ਸੱਚ ਹੋ ਜਾਂਦਾ ਮੈਂ ਕਹਿੰਦਾ ਜਿਹੜੇ ਮਰਜੀ ਪਿੰਡ ਦੇ ਛੋਟ ਦੋ ਵੱਡੇ ਦਰਜੀ ਕੋਲ ਚਲ ਜਾਓ 4000 ਰੁਪਏ ਦੀ ਸਮਾਈ ਲੈ ਲੈਂਦੇ ਆ 5000 ਰੁਪਇਆ 3 ਪੀਸ ਦੀ ਸਮਾਈ ਲੈ ਲੈਂਦੇ ਆ ਤੇ ਤੁਸੀਂ ਕਹਿੰਦੇ 3995 ਜੋ ਵੀ ਸਲਾਈ ਕਰਕੇ ਦਵਾਂਗੇ ਸਲਾਈ ਕਰਕੇ ਦਵਾਂਗੇ 3995 ਦੇ 2 ਪੀਸ ਭਾਜੀ ਸਾਡੇ ਟੇਲਰ ਆਪਦੇ ਕੱਪੜਾ ਆਪਦਾ ਕੱਪੜੇ ਦੀ ਮੈਨੂਫੈਕਚਰਿੰਗ ਆਪਦੀ ਡਾਈਂਗ ਆਪਦੀ ਅਸੀਂ ਦੇ ਸਕਦੇ ਆ ਆ ਚੈੱਕ ਕਰੋ ਭਾਜੀ 3 ਪੀਸ ਆ ਡਿਜ਼ਾਈਨ ਚੈੱਕ ਕਰ ਲਓ 3760 ਚ ਇੱਕ ਮਿੰਟ ਸ਼ਾਟ ਕਰ ਲਓ ਗੱਲ ਸੁਣ ਲਓ ਦਰਸ਼ਕਾਂ ਨੂੰ ਕਹਿ ਦਿਓ ਗੱਲ ਸੁਣ ਲਓ ਕਿਤੇ ਠੱਗਾ ਠੋਰੀ ਵਾਲਦੇ ਨਹੀਂ ਜਿੱਦਾਂ ਕੰਪਨੀਆਂ ਕਰਦੀਆਂ ਆ ਜਾਓ ਫੇਰ ਕਹਿੰਦੇ ਜੀ ਕੂਪਨ ਪਾਵਾਂਗੇ ਜਿਹੜਾ ਲੱਕੀ ਗਾਹਕ ਉਹਨੂੰ ਦਊਂਗੇ ਭਾਵੇਂ 1 ਆਵੇ 100 ਆਵੇ ਜਿੰਨੇ ਮਰਜ਼ੀ ਆਉਣ ਸਾਰੇ ਨੂੰ ਦਊਂਗੇ 3995 ਚ 10000 ਆ ਜੇ ਗਾਹਕ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਦੀ ਡੇਟ ਨੋਟ ਕਰ ਲਓ ਜਦੋਂ ਮਰਜ਼ੀ ਸਾਡੇ ਕੋਲੇ ਆ ਜਾਓ 10 ਦਿਨਾਂ ਬਾਅਦ ਇਹ ਨਹੀਂ ਕਵਾਂਗੇ ਭਾਜੀ ਰੇਟ ਵੱਧ ਗਿਆ ਜਾਂ ਕਿਸੇ ਚੀਜ਼ ਦਾ ਕਿਸੇ ਨੂੰ ਬੇਵਕੂਫ ਨਹੀਂ ਬਣਾਵਾਂਗੇ 3760 'ਚ 1 ਕੋਟ ਪੈਂਟ ਲੈ ਲਓ 1000 ਲੈ ਲਓ 2000 ਲੈ ਲਓ 2 ਪੀਸ ਕੋਟ ਪੈਂਟ ਦੇ ਦਾਂਗੇ 3995 ਦਾ ਕੱਪੜੇ ਦੇ ਉੱਤੇ ਰੇਟ ਲਿਖਿਆ ਚੈੱਕ ਕਰੋ ਭਾਜੀ ਬੇਵਕੂਫ ਨਹੀਂ ਬਣਾਉਂਦੇ ਲੋਕਾਂ ਨੂੰ ਆ ਵੀ 315 ਰੁਪਏ ਆ ਵੀ 315 ਆ ਵੀ 315 ਰੰਗਾ ਮੇਚੀ ਤੁਸੀਂ ਚੈੱਕ ਕਰ ਲਓ ਭਾਜੀ ਡਿਜ਼ਾਈਨਰ ਦੀ ਆ ਕੁੜਤਾ ਪਜਾਮਾ ਬਾਜ਼ਾਰ ਦੇ ਵਿੱਚ ਕਿਸੇ ਵੀ ਦੁਕਾਨ ਤੇ ਚਲੇ ਜਾਓ ਮੈਂ ਕਹਿੰਦਾ ਮੇਰੇ ਨਾਲ ਲੈਣ ਘੁੰਮ ਲਓ ਬਾਜ਼ਾਰ 'ਚ 1000-1200 ਤੋਂ ਕੁੜਤਾ ਪਜਾਮੇ ਦਾ ਕੱਪੜਾ ਘੱਟ ਕਿਸੇ ਨੇ ਦੇਤਾ 700 ਰੁਪਏ ਦਾ ਕੁੜਤੇ ਪਜਾਮੇ ਦਾ ਕੱਪੜਾ ਸਾਡੇ ਕੋ ਭਾਜੀ ਸ਼ੁਰੂ ਆ 700 ਰੁਪਏ ਤੋਂ 10000 ਰੁਪਏ ਦਾ ਕਿਰਾਇਆ ਚੱਲਦਾ 15-18 ਹਜ਼ਾਰ ਦੀ ਸ਼ੇਰਵਾਨੀ ਜਿੱਤੋਂ ਮਰਜ਼ੀ ਲੈ ਜਾਓ ਇਹ 'ਚ ਕੀ ਖਾਸ ਆ ਮੈਂ ਕਹਿੰਦਾ ਸ਼ੇਰਵਾਨੀ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਇਹੀ ਸ਼ੇਰਵਾਨੀਆਂ ਤੁਸੀਂ ਦੱਸ ਹੀ ਦਿੱਤਾ ਕਿੰਨਾ ਕਿੰਨਾ ਰੈਂਟ ਆ ਇਹ ਸ਼ੇਰਵਾਨੀ 6500 ਦੇ ਵਿੱਚ
भाजी तैयार करके दे देंगे, चाहे कपड़ा 350 रुपए वाला ले लो, चाहे 450 वाला, चाहे 600 वाला, कपड़ा जेहो जा मर्जी ले लो। स्टिचिंग का रेट साढ़ा 2050 रुपये 2 पीस, 2500 रुपया 3 पीस का। आ बास्केट बनी है, आ डिजाइनर के असी पैसे कोई एक्सट्रा नहीं लेने, असी कारीगर 100, 200, 300 रुपये जिन्ना डिजाइन का एक्सट्रा बनूगा तुसी फोटो लैके आ जाओ, फोटो लैके सेम आइटम बना देंगे। शेरवानी हुण रेंट ते लैके ना पाओ, आपदी बनाओ, जिथे तुसी 10-12 हज़ार रेंट देना। जे थोनू 6-7 हज़ार च शेरवानी तैयार करके मिली जाती है ते आपदे साइज़ दी वधिया बनाओ। कुर्ता पजामा 700 रुपये तो शुरू है, 1000, 1200, 1500, 1600 तक। पेपर कॉटन, लेलन, गीजा कॉटन, सारे तरह की क्वालिटियाँ। साड़ी पक्का वाली क्वालिटी भाजी 67 रुपये मीटर तो शुरू है, गरंटी फुल है, 90 दिनों की गरंटी देने भाजी पक्के बिल से लिख के। पग नू डब पैजेंट झिरकी आ जा टोक किसी भी तरह की 90 दिनों के विच तुसी पग नू चेंज करवा लो, दूजी गल नहीं करांगे। और नाल लाइनिंग दी, जिथे बाजारा च 10-10, 15-15 हज़ार वाला भैणा सूट लै लैंदी आ पर लाइनिंग देसी जी ला लैंदी आ, वो कंपनी मातू श्री दस्तार की लाइनिंग लो भी 40 रुपये मीटर की। और थोनू गल दस दवा, इत्थे थोड़ा पग लैण का फायदा की है, इत्थे लाइनिंग वाला कपड़ा अड लग्या ते पग वाला कपड़ा अड लग्या, इत्थे थोनू दस्या नहीं जांदा, यही लाइनिंग च देई जांदे बाजार च, यही पगां च देई जांदे आ, इत्थे उहो जिहा काम नहीं। बाकी ये तां अखां खुल गईआं, वैसे तो बाजारों के इदा ही होंगे आ, एक छोटा जहा छड़ते जी 2995 च लै जाओ, पर रेट सारे उपर नहीं होंगे आ, ये दावा करते चैलेंज करते। बड़ा फायदा थोड़ा की आ, चैलेंज के नाल कहने जिहड़ी मर्जी दुकान से चल जाओ, जिहड़े मर्जी शोरूम से चल जाओ, 3500 रुपया घट्टो घट समाई, 4000 रुपया समाई, 5500 एरी समाई, पर मातू श्री दस्तार श्री अमृतसर साहब तुसी आ जाओ हाल बाजार चौना, जिथे चैलेंज एक होर करते जिहड़ी मर्जी दुकान से चल जाओ, किसी ने 10 हज़ार तो घट नहीं देना, पर इतने 10-10 हज़ार वाले कोट पेंट सिलाई करके 2995 देवे, डिजाइन जोड़ा मर्जी ले लियो, रंग जोड़ा मर्जी ले लियो, 3760 के 3 पीस कोट पेंट जोड़ा मर्जी ये रंग लै जो, 2500 वाला कुर्ता पजामा 700 रुपये का, 15000 वाली शेरवानी 6500 रुपये सिलाई करके दे रहे हैं। भाजी साड़ी वीडियो वो तो वह देख के शेयर कर दो, ਵਿਆਹਾਂ ਸ਼ਾਦੀਆਂ ਦੇ ਦੇਣਾ ਤੇ ਉਹਨਾਂ ਆਪਣੇ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲੁੱਟ ਤੋਂ ਬਚਾ ਦਿਓ। ਜਿੰਨੇ ਦਾ ਬਾਜ਼ਾਰਾਂ 'ਚ ਜਾ ਕੇ ਤੁਸੀਂ 15000 ਰੁਪਏ ਦਾ ਇੱਕ ਕੋਟ ਪਿੰਡ ਰਹਿਣਾ, ਇੱਥੇ ਤੁਹਾਨੂੰ 14,975 ਦੇ 5 ਕੋਟ ਪਿੰਡ ਮਿਲ ਜਾਣੇ ਆ। ਸੋ ਇਸ ਲਈ ਕਹਿੰਦੇ ਆ ਜਾਓ, ਫਾਇਦੇ ਤੁਹਾਡੇ ਆ, ਲੁੱਟ ਤੋਂ ਬਚੋ, ਲੁੱਟ ਕਰਾਓ ਨਾ, ਥੋੜ੍ਹੇ ਪੈਸਿਆਂ 'ਚ ਵਧੀਆ ਬ੍ਰਾਂਡਡ ਕੱਪੜਾ ਇੱਥੇ ਤੁਸੀਂ ਲੈ ਕੇ ਜਾ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।